ਸੋ ਦੋਸਤੋ ਜੇਕਰ ਹੁਣ ਗੱਲ ਕਰੀਏ ਪੰਜਾਬੀਆਂ ਦੇ ਸ਼ੌਂਕ ਦੀ ਤਾਂ ਪੰਜਾਬੀਆਂ ਦੇ ਜਿਹੜੇ ਸ਼ੌਂਕ ਨੇ ਉਹ ਵੱਖਰੇ ਹਨ ਅਤੇ ਪੰਜਾਬੀਆਂ ਦੇ ਜਿਹੜੇ ਸ਼ੌਂਕ ਨੇ ਉਹਨਾਂ ਦਾ ਕਹਿੰਦੇ ਕੋਈ ਵੀ ਮੁੱਲ ਨਹੀਂ। ਇਸ ਲਈ ਤਾਂ ਪੰਜਾਬੀ ਕਹਿੰਦੇ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਜਿਹੜੇ ਆਪਣੇ ਸ਼ੌਂਕ ਨੇ ਉਹਨਾਂ ਨੂੰ ਪੂਰੇ ਕਰ ਲੈਂਦੇ ਹਨ। ਹੁਣ ਸ਼ੌਂਕ ਦੀ ਗੱਲ ਕਰੀਏ ਤਾਂ ਕਿਸੇ ਨੂੰ ਕੁੱਤੇ ਪਾਲਣ ਦਾ, ਕਿਸੇ ਨੂੰ ਘੋੜੀਆਂ ਰੱਖਣ ਦਾ, ਕਿਸੇ ਨੂੰ ਹਥਿਆਰ ਰੱਖਣ ਦਾ ਅਤੇ ਕਿਸੇ ਨੂੰ ਨਵੀਆਂ ਅਤੇ ਪੁਰਾਣੀਆਂ ਗੱਡੀਆਂ ਰੱਖਣ ਦਾ। ਇਸ ਤੋਂ ਇਲਾਵਾ ਵੀ ਪੰਜਾਬੀਆਂ ਦੇ ਹੋਰ ਬਹੁਤ ਸਾਰੇ ਸ਼ੌਂਕ ਨੇ ਜਿਹੜੇ ਪੰਜਾਬੀ ਆਪਣੀ ਸਖਤ ਮਿਹਨਤ ਦੇ ਨਾਲ ਪੂਰੇ ਕਰਦੇ ਹਨ। ਸੋ ਅੱਜ ਅਸੀਂ ਤੁਹਾਨੂੰ ਜਿਹੜੀ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ ਉਹਨਾਂ ਨੂੰ ਸ਼ੌਂਕ ਸੀਗਾ ਜੀ ਪੁਰਾਣੇ ਟਰੱਕ ਰੱਖਣ ਦਾ। ਸੋ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਦਿਆਂ ਉਹਨਾਂ ਨੇ ਇੱਕ ਪੁਰਾਣਾ ਟਰੱਕ ਲੈ ਕੇ ਉਸਨੂੰ ਪੂਰੀ ਤਰ੍ਹਾਂ ਮੋਡੀਫਾਈ ਕਰਾ ਛੱਡਿਆ। ਸੋ ਗੱਲ ਕਰਦੇ ਹਾਂ ਪਿੰਡ ਜਰਗ ਦੇ ਸਾਬਕਾ ਸਰਪੰਚ ਰਵਿੰਦਰ ਸਿੰਘ ਦੇ ਵੱਡੇ ਭਰਾ ਅਮਰੀਕ ਸਿੰਘ USA ਉਹਨਾਂ ਦੀ, ਜਿਨ੍ਹਾਂ ਨੇ ਆਪਣੇ ਘਰ ਇੱਕ ਪੁਰਾਣਾ ਟਰੱਕ ਜਿਸਨੂੰ ਮੋਡੀਫਾਈ ਕਰਾ ਕੇ ਲਿਆਂਦਾ ਹੈ। ਸੋ ਗੱਲ ਕਰੀਏ ਇਸ ਟਰੱਕ ਦੀ, ਇਸ ਟਰੱਕ ਦੇ ਵਿੱਚ ਕਹਿੰਦੇ ਲੇਟੈਸਟ ਸਾਰੀਆਂ ਹੀ ਨਵੀਆਂ ਜਿਹੜੀਆਂ ਤਕਨੀਕਾਂ ਨੇ ਅਤੇ ਮੁੱਖ ਜਿਹੜੀਆਂ ਸਹੂਲਤਾਂ ਨੇ ਉਹ ਇਸ ਟਰੱਕ ਦੇ ਵਿੱਚ ਮੌਜੂਦ ਨੇ। ਸੋ ਤੁਸੀਂ ਵੇਖ ਸਕਦੇ ਹੋ ਕਿ ਕਰੀਬ 1998 ਦਾ ਇਹ ਜਿਹੜਾ ਟਰੱਕ ਆ ਉਹਨਾਂ ਨੇ ਇਸ ਨੂੰ ਮੋਡੀਫਾਈ ਕਰਾਇਆ ਅਤੇ ਲਗਭਗ ਹਰ ਇੱਕ ਪ੍ਰਕਾਰ ਦੀਆਂ ਜਿਹੜੀਆਂ ਸਹੂਲਤਾਂ ਉਹ ਇਸ ਟਰੱਕ ਦੇ ਵਿੱਚ ਉਪਲਬਧ ਕਰਾਈਆਂ। ਟਾਇਰਾਂ ਦੇ ਵਿੱਚ ਅਲਾਈ ਵੀਲ ਤੋਂ ਲੈ ਕੇ ਅੰਦਰ ਪੱਖੇ ਅਤੇ ਹੋਰ ਸਹੂਲਤਾਂ ਨਾਲ ਲੈਸ ਇਹ ਟਰੱਕ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਉਹ ਇਸ ਨੂੰ ਵਰਤਣਗੇ ਉਹ ਆਪਾਂ ਗੱਲ ਕਰਕੇ ਦੇਖਾਂਗੇ। ਸੋ ਤੁਸੀਂ ਵੇਖ ਸਕਦੇ ਹੋ ਟਰੱਕ ਦੀਆਂ ਕੁਝ ਵਿਸ਼ੇਸ਼ ਝਲਕੀਆਂ ਕਿ ਕਿਸ ਤਰ੍ਹਾਂ ਦਾ ਜਿਹੜਾ ਟਰੱਕ ਆ ਇਹ ਪੂਰੀ ਤਰ੍ਹਾਂ ਪੂਰੀਆਂ ਸਹੂਲਤਾਂ ਨਾਲ ਲੈਸ ਟਰੱਕ। ਸੋ ਆਓ ਹੁਣ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਇਸ ਟਰੱਕ ਦੇ ਬਾਰੇ ਪੂਰੀ ਜਿਹੜੀ ਜਾਣਕਾਰੀ ਆ ਉਹ ਆਪਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੀਆਂ ਕਿਹੜੀਆਂ ਜਿਹੜੀਆਂ ਸਹੂਲਤਾਂ ਨੇ ਉਹ ਇਸ ਟਰੱਕ ਦੇ ਵਿੱਚ ਮੌਜੂਦ ਨੇ ਅਤੇ ਇਹ ਟਰੱਕ ਕਿੱਥੇ ਕਿੱਥੇ ਉਹ ਵਰਤਣਗੇ। ਹੋਰ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਅਮਰੀਕ ਸਿੰਘ USA ਹੁਣਾਂ ਨਾਲ, ਆਓ ਜੀ। ਸੋ ਦੋਸਤੋ ਇਸ ਵਕਤ ਸਾਡੇ ਦਰਮਿਆਨ ਜੇਕਰ ਆਪਾਂ ਗੱਲ ਕਰੀਏ ਪਿੰਡ ਜਰਗ ਤੋਂ ਸਰਦਾਰ ਅਮਰੀਕ ਸਿੰਘ ਜੀ USA ਉਹ ਮੌਜੂਦ ਨੇ, ਆਪਾਂ ਗੱਲ ਕਰਕੇ ਵੇਖਦੇ ਉਹਨਾਂ ਨਾਲ ਇਸ ਟਰੱਕ ਸੰਬੰਧੀ ਕਿ ਇਸ ਟਰੱਕ ਦੀ ਕੀ ਇਹਨਾਂ ਨੂੰ ਲੋੜ ਪਈ ਅਤੇ ਕਿਸ ਤਰ੍ਹਾਂ ਇਹ ਇਹਨਾਂ ਦੀ ਵਰਤੋਂ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ। ਅਮਰੀਕ ਸਿੰਘ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਪਿੰਡ ਪੰਜਾਬੀ ਚੈਨਲ ਦੇ ਵਿੱਚ ਹਾਰਦਿਕ ਸਵਾਗਤ ਕਰਦੇ ਹਾਂ ਜੀ। ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਜੀ ਪੰਜਾਬੀ ਨਿਊਜ਼ ਚੈਨਲ ਦੇ ਪੱਤਰਕਾਰ ਲਖਵਿੰਦਰ ਸਿੰਘ ਲਾਲੀ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਪਿੰਡ ਦੀਆਂ ਗਤੀਵਿਧੀਆਂ, ਸਾਡੇ ਇਲਾਕੇ ਦੀਆਂ ਗਤੀਵਿਧੀਆਂ ਸਾਡੇ ਪ੍ਰਦੇਸ਼ਾਂ 'ਚ ਸਾਨੂੰ ਪਹੁੰਚਾਉਂਦੇ ਆ ਅਤੇ ਸਾਨੂੰ ਹਾਜ਼ਰ ਨਾਜ਼ਰ ਕਰਦੇ ਆ ਅਤੇ ਹੋਰ ਸਭ ਤੋਂ ਪਹਿਲਾਂ ਸਾਰੇ ਸੁਣ ਪੜ੍ਹਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਅਮਰੀਕ ਸਿੰਘ ਜੀ, ਗੱਲ ਕਰੀਏ ਆਪਾਂ ਇਹ ਟਰੱਕ ਦੀ, ਜਦੋਂ ਅਸੀਂ ਦੇਖਿਆ ਇਹ ਟਰੱਕ ਇਹ ਤੁਸੀਂ ਇਹ ਮੋਡੀਫਾਈਡ ਮੈਨੂੰ ਲੱਗਦਾ ਇਹ ਤੁਸੀਂ ਕਰਾਇਆ ਟਰੱਕ, ਕੀ ਇਹਦੇ ਪਿੱਛੇ ਰਾਜ ਸੀਗਾ ਇਹ ਫਿਰ ਤੁਸੀਂ ਇਹ, ਕਿਉਂਕਿ ਅੱਜ ਕੱਲ੍ਹ ਜੇ ਆਪਾਂ ਗੱਲ ਕਰੀਏ ਟਰੱਕਾਂ ਦੇ ਮਾਡਲ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਹੋਰ ਵੀ ਆਏ ਹੋਏ ਨੇ, ਫਿਰ ਇਸ ਤਰ੍ਹਾਂ ਦਾ ਜਿਹੜਾ ਇਹ ਆਪਣੇ ਪੁਰਾਣੇ ਜ਼ਮਾਨੇ ਦਾ ਜਿਹੜਾ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਟਰੱਕ ਹੁੰਦੇ ਸੀਗੇ ਉਹਨਾਂ ਨੂੰ ਤੁਸੀਂ ਇਹ ਮੋਡੀਫਾਈਡ ਕਰਾਇਆ, ਇਹਦੇ ਪਿੱਛੇ ਕੀ ਰਾਜ ਸੀ ਇਹਦੇ ਬਾਰੇ ਸਾਨੂੰ ਦੱਸੋ। ਇਹ ਲਾਲੀ ਜੀ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਹਿੰਦੇ ਹੁੰਦੇ ਆ ਸ਼ੌਕ ਦਾ ਕੋਈ ਮੁੱਲ ਨਹੀਂ। ਅਸੀਂ ਕਾਫੀ ਚਿਰ ਦਾ ਮੇਰੇ ਦਿਲ 'ਚ ਸੀਗਾ ਵੀ ਕੋਈ ਪੁਰਾਣਾ ਟਰੱਕ ਖੜਾਈਏ ਅਸੀਂ, ਕਿਉਂ ਸਾਡੇ ਹਰ ਸਾਲ ਫਤਿਹਗੜ੍ਹ ਸਾਹਿਬ ਜਿਹੜਾ ਸ਼ਹੀਦੀ ਜੋੜ ਮੇਲਾ ਲੱਗਦਾ ਉੱਥੋਂ ਸੰਗਤ ਜਾਂਦੀ ਆ, ਆਪਣੇ ਪਿੰਡੋਂ ਲੰਗਰ ਹੁੰਦਾ ਅਤੇ ਅਸੀਂ ਚਾਹੁੰਦੇ ਸੀ ਵੀ ਸੰਗਤ ਕਿਸੇ ਗੱਡੀ 'ਚ ਜਾਵੇ ਨਾਲ ਟਰਾਲੀਆਂ ਦੇ ਤਾਂ ਬਹੁਤ ਚੰਗੀ ਗੱਲ ਆ। ਅਤੇ ਮੈਨੂੰ ਇਹ ਸ਼ੌਕ ਸੀਗਾ ਵੀ ਕੋਈ ਨਾ ਕੋਈ ਪੁਰਾਣਾ ਟਰੱਕ ਮੈਂ ਬਣਾ ਕੇ ਅਤੇ ਨਾਲ ਸੰਗਤ ਦੇ ਕਿਰਪਾ ਨਾਲ ਸੰਗਤ ਜਾਇਆ ਕਰੇ ਅਤੇ ਅਸੀਂ ਸਭਾ 'ਤੇ ਲਿਜਾਇਆ ਕਰਾਂਗੇ ਹਰ ਸਾਲ, ਗੁਰੂ ਕਿਰਪਾ ਕਰੇ ਅਤੇ ਸੰਗਤ ਦਾ ਹੁਕਮ ਹੋਵੇ ਹੋਰ ਕਿਤੇ ਸੰਗਤ ਜਾਣਾ ਚਾਹੇ ਅਤੇ ਉੱਥੇ ਨੂੰ ਵੀ ਤਿਆਰ ਹੋਊਗਾ ਅਤੇ ਤਿਆਰ ਪਰ ਤਿਆਰ ਹਾਂ ਅਸੀਂ, ਹਾਜ਼ਰ ਹਾਂ ਅਤੇ ਹੋਰ ਕੋਈ ਮਕਸਦ ਨਹੀਂ ਹੈਗਾ ਕੋਈ ਲੋੜ ਦਾ ਜਾਂ ਕੋਈ ਹੋਰ ਕਿਸੇ ਚੀਜ਼ ਦਾ। ਅੱਛਾ ਅਮਰੀਕ ਸਿੰਘ ਜੀ, ਗੱਲ ਕਰੀਏ ਇਹ ਟਰੱਕ ਸਾਨੂੰ ਇਹ ਵੀ ਦੱਸੋ ਕਿ ਕਿੰਨਾ ਮਾਡਲ ਆ ਅਤੇ ਫਿਰ ਤੁਸੀਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਤੋਂ ਜਿਹੜੀ ਸੇਵਾ ਕਰਦੇ ਰਹੇ ਹੋ, ਸਾਲਾਨਾ ਜਿਹੜਾ ਜੋੜ ਮੇਲਾ ਲੱਗਦਾ ਆਪਣੇ ਫਤਿਹਗੜ੍ਹ ਸਾਹਿਬ ਉਹਦੇ ਲਈ ਤੁਸੀਂ ਵਿਸ਼ੇਸ਼ ਤੌਰ ਦੇ ਉੱਤੇ ਇਹ ਜਿਸ ਤਰ੍ਹਾਂ ਤੁਹਾਡੇ ਮਨ ਦੀ ਰੀਝ ਸੀਗੀ ਵੀ ਤੁਸੀਂ ਇਹ ਤਿਆਰ ਕਰਵਾਇਆ, ਫਿਰ ਹੁਣ ਇਹ ਟਰੱਕ ਜਿਸ ਤਰ੍ਹਾਂ ਤੁਸੀਂ ਇਹ ਮੋਡੀਫਾਈ ਕਰਾ ਲਿਆ
ਠੀਕ ਆ ਜੀ। ਇਹ ਤੁਸੀਂ ਫਿਰ ਇਹ ਆਪਣੇ ਜਿਸ ਤਰ੍ਹਾਂ ਮੈਨੂੰ ਲੱਗਦਾ ਕਿ ਉਹ ਇੱਕ ਤੁਹਾਡੇ ਮੈਂ ਦੇਖ ਵੀ ਨਾ ਕਿ ਸ਼ੈੱਡ ਵੀ ਇੱਕ ਨਵਾਂ ਤੁਹਾਡੇ ਇਹ ਜਿਹੜੀ ਤੁਹਾਡੀ ਇਹ ਕੋਠੀ ਹੈ ਆਲੀਸ਼ਾਨ ਉਹਦੇ ਵਿੱਚ ਪੈ ਰਿਹਾ। ਇਹ ਫਿਰ ਇਹ ਜਾਣ ਦੀ ਮੇਨ ਜਾਣ ਦੀ ਕੁਝ ਜਿਹੜੇ ਆਪਣੇ ਜਿਹੜੇ ਮੇਨ ਜਿਹੜੇ ਤੁਸੀਂ ਗਣਾਈਆਂ ਨੇ ਗੱਲਾਂ ਜਾਂ ਮੇਨ ਕੰਮ ਕਰਾਏ ਨੇ ਉਹਨਾਂ ਲਈ ਉਹ ਤੁਸੀਂ ਫਿਰ ਇਹ ਵਰਤੋਂਗੇ ਇਹਨਾਂ ਨੂੰ? ਹਾਂਜੀ ਲਾਲੀ ਜੀ, ਸੇਵਾ ਦੀ ਤਾਂ ਇਹ ਗੱਲ ਆ, ਸੇਵਾ ਤਾਂ ਗੁਰੂ ਹੀ ਕਰਾਉਂਦਾ ਅਤੇ ਅਸੀਂ ਕਾਉਣਾ ਕਰਨ ਵਾਲੇ, ਅਸੀਂ ਤਾਂ ਜੋ ਹੁਕਮ ਹੁੰਦਾ ਤਾਂ ਗੁਰੂ ਦਾ ਉਹੀ ਕੁਛ ਕਰਦੇ ਹਾਂ। ਅਤੇ ਸਿਰਫ ਇਸੇ ਕਰਕੇ ਹੀ ਸੰਗਤ ਕਰਕੇ ਹੀ ਵਰਤਣਾ ਆਪਾਂ, ਅਤੇ ਨਹੀਂ ਸ਼ੈੱਡ ਦੇ ਵਿੱਚ ਖੜ੍ਹਾ ਰਹੂਗਾ, ਹੋਰ ਕੋਈ ਮਕਸਦ ਨਹੀਂ, ਕੋਈ ਆਪਾਂ ਨੂੰ ਕਿਰਾਏ ਦਾ ਜਾਂ ਕੋਈ ਹੋਰ ਕੁਛ ਨਹੀਂ ਹੈਗਾ। ਮਾਡਲ ਇਹਦਾ 1998 ਮਾਡਲ ਆ ਜੀ, ਸਾਨੂੰ ਨਵੇਂ ਤਾਂ ਮਿਲਦੇ ਸੀਗੇ। ਮੈਨੂੰ ਜਿਹੜਾ ਦਿਲ ਦਾ ਸ਼ੌਕ ਸੀ, ਮੈਨੂੰ ਇਹ ਸੀ ਵੀ ਤੋਂ ਪੁਰਾਣਾ ਥੋੜ੍ਹਾ ਜਿੰਨਾ ਕੁ ਵੀ ਮਿਲੇ ਉਹ ਮੋਡੀਫਾਈ ਕਰਾਈਏ, ਅਤੇ ਸਾਨੂੰ 1998 ਦਾ ਇਹ ਮਿਲਿਆ ਤਾਂ ਅਸੀਂ ਉਹ ਫਿਰ ਬੜੀ ਖੁਸ਼ੀ ਹੋਈ, ਇੰਜਣ ਉਂਜਣ ਦਾ ਕੰਮ ਕਰਾ ਕੇ ਅਤੇ ਮੋਡੀਫਾਈ ਰੰਗ ਸਾਰਾ ਕੁਛ ਕਰਾ ਕੇ, ਅਤੇ ਉਹ ਤੁਹਾਡੀ ਕਿਰਪਾ ਨਾਲ, ਸੰਗਤ ਦੀ ਕਿਰਪਾ ਨਾਲ, ਗੁਰੂ ਦੀ ਆਸ਼ੀਰਵਾਦ ਨਾਲ ਅਤੇ ਉਹ ਫਿਰ ਬਣਾ ਕੇ ਖੜਾਇਆ ਜੀ। ਹੁਣ ਇਹ ਜਾਣਦੀ ਜੇ ਆਪਾਂ ਗੱਲ ਕਰੀਏ ਪੂਰਾ ਜਾਣਦੀ ਐਨ ਵਧੀਆ ਚਾਲੂ ਹਾਲਤ ਦੇ ਵਿੱਚ ਆ, ਜਿੱਧਰ ਨੂੰ ਮਰਜ਼ੀ ਚਾਹੇ ਇਹਨੂੰ ਤੁਸੀਂ ਖਿੱਚ ਸਕਦੇ ਹੋ ਨਾ ਜੀ? ਹਾਂਜੀ ਹਾਂਜੀ, ਜਿੱਦਾਂ ਨੂੰ ਮਰਜ਼ੀ ਬਿਲਕੁਲ, ਚਾਹੇ ਲੋੜ ਵੀ ਚੱਕ ਸਕਦੇ ਹਾਂ ਜੇ ਚੱਕਣਾ ਹੋਵੇ, ਅਤੇ ਬਿਲਕੁਲ ਸਹੀ ਸਲਾਮਤ ਆ ਅਤੇ ਸੈਲਫ ਸਟਾਰਟ, ਜਦੋਂ ਮਰਜ਼ੀ ਮਤਲਬ ਕੋਈ ਕਿਸੇ ਚੀਜ਼ ਦੀ ਕਸਰ ਨਹੀਂ ਛੱਡੀ ਅਸੀਂ, ਜੋ ਵੀ ਕੋਈ ਕੰਮ ਹੋਣ ਵਾਲਾ ਸੀ ਇਹਦਾ ਸਾਰਾ ਕਰਾਇਆ, ਅੰਦਰੋਂ ਵੀ ਕੈਬਨ ਮੋਡੀਫਾਈ ਕਰਾਇਆ ਅਤੇ ਬਾਹਰੋਂ ਬੋਡੀ ਦਾ ਜੋ ਹੈਗਾ, ਅਤੇ ਬਾਕੀ ਸਾਡੇ ਬਜ਼ੁਰਗਾਂ ਦੀ ਯਾਦਗਾਰ, ਸਾਡੇ ਪਿਤਾ ਜੀ ਦਾ ਨਾਂ ਅਤੇ ਸਾਡੇ ਬਾਬਾ ਜੀ ਦਾ, ਕਿਉਂਕਿ ਸਾਡਾ ਤਾਂ ਹੁਣ ਆਮ ਪਿੰਡ ਦੇ ਸੰਗਤ ਨੂੰ ਪਤਾ ਹੀ ਹੁੰਦਾ ਪਿੰਡ ਦੇ ਬੰਦਿਆਂ ਨੂੰ, ਅਤੇ ਸਾਡੇ ਬਜ਼ੁਰਗਾਂ ਦਾ ਅਤੇ ਸਾਡੇ ਬਾਬਾ ਜੀ ਦਾ ਵੀ ਕੁਛ ਸੰਗਤ ਨੂੰ ਪਤਾ ਲੱਗਿਆ ਹੋ ਵੀ ਇਹਨਾਂ ਦਾ ਪਿਤਾ ਕੌਣ ਸੀ ਅਤੇ ਦਾਦਾ ਕੌਣ ਸੀ, ਉਹਦੇ ਨਾਂ 'ਤੇ ਇਸ ਕਰਕੇ ਅਸੀਂ ਉਹਨਾਂ ਦੇ ਨਾਂ ਲਿਖਾਏ ਨੇ ਜੀ ਆਲਦਾ ਦੇ। ਸ਼ੁਕਰੀਆ ਸ਼ੁਕਰੀਆ ਅਮਰੀਕ ਸਿੰਘ ਜੀ। ਸੋ ਦੋਸਤੋ, ਜਿਸ ਤਰ੍ਹਾਂ ਆਪਾਂ ਸਰਦਾਰ ਅਮਰੀਕ ਸਿੰਘ ਹੋਣਾ ਨਾਲ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਕਿ ਟਰੱਕ ਦੀ ਕੀ ਖਾਸੀਅਤ, ਮੇਨ ਕਾਰਨ ਸੀਗਾ ਇਹਨਾਂ ਦਾ ਜਿਹੜਾ ਸ਼ੌਂਕ ਸੀਗਾ ਕਿ ਇੱਕ ਇਹਨਾਂ ਨੇ ਟਰੱਕ ਜ਼ਰੂਰ ਲੈਣਾ। ਇਹ ਟਰੱਕ ਵੀ ਇਹਨਾਂ ਨੇ 1998 ਮਾਡਲ ਲਿਆ, ਉਹਨੂੰ ਫਿਰ ਮੋਡੀਫਾਈ ਕਰਾਇਆ ਪੂਰਾ ਇੰਜਣ ਦਾ ਕੰਮ ਜਾਂ ਹੋਰ ਪੂਰਾ ਇਹਨਾਂ ਦਾ ਟਰੱਕ ਦਾ ਜਿਹੜਾ ਕੰਮ ਸੀ ਉਹਨਾਂ ਨੇ ਟਿਚਨ ਕੀਤਾ, ਕਿਉਂਕਿ ਜੇ ਗੱਲ ਕਰੀਏ ਇਹ US ਦੇ ਵਿੱਚ ਵੀ ਜਿਹੜੇ ਇਹਨਾਂ ਦੇ ਟਰੱਕ ਨੇ ਉਹ ਉੱਥੇ ਚਲਾਉਂਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇਹ 1998 ਦਾ ਮਾਡਲ ਇਹ ਟਰੱਕ ਆ, ਕਿਉਂਕਿ ਇਸ ਤਰ੍ਹਾਂ ਦੇ ਟਰੱਕ ਜਿਹੜੇ ਪਹਿਲਾਂ ਇਹ ਚੱਲਦੇ ਸੀ, ਜਾਨਦਾਰ ਇਹ ਟਰੱਕ ਸੀਗੇ ਬਹੁਤ ਹੀ। ਬੇਸ਼ੱਕ ਹੁਣ ਜਿਹੜੇ ਪੰਜਾਬ ਦੇ ਵਿੱਚ ਵੀ ਮਾਡਲ ਬਹੁਤ ਉੱਚੇ ਜਾਂ ਨਵੇਂ ਆ ਚੁੱਕੇ ਨੇ, ਪਰ ਇਹਨਾਂ ਨੇ ਕਿਹਾ ਕਿ ਜਿਹੜਾ ਪੁਰਾਣਾ ਮਾਡਲ ਆ ਅਸੀਂ ਉਹਨੂੰ ਲਈਏ। ਇਹ ਸਾਰੀਆਂ ਲਾਈਟਾਂ ਤੁਸੀਂ ਵੇਖ ਸਕਦੇ ਹੋ ਕਿ ਪੱਖੇ ਵਗੈਰਾ ਹੋਰ ਸਾਰਾ ਕੁਛ ਜਿੰਨਾ ਵੀ ਪ੍ਰੋਸੈਸ ਹੈਗਾ ਜਿਹੜਾ ਨਵੇਂ ਟਰੱਕਾਂ ਦੇ ਵਿੱਚ ਹੁੰਦਾ ਉਹ ਇਹਨਾਂ ਨੇ ਇਸ ਟਰੱਕ ਦੇ ਵਿੱਚ ਇਹਨਾਂ ਨੇ ਉਹ ਸਾਰਾ ਕਰਾਇਆ। ਇਹ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਟਰੱਕ ਦੇ ਵਿੱਚ ਜਿਹੜੀਆਂ ਹੋਰ ਵੀ ਕੋਈ ਨਵੀਆਂ ਜਿਹੜੀਆਂ ਟੈਕਨੋਲੋਜੀਆਂ ਜਾਂ ਨਵੇਂ ਟਰੱਕਾਂ ਦੇ ਵਿੱਚ ਜਿਹੜੀਆਂ ਕੋਈ ਸੁਵਿਧਾਵਾਂ ਜਿਹੜੀਆਂ ਆ ਰਹੀਆਂ ਨੇ ਉਹ ਵੀ ਉਹ ਇੱਥੇ ਇਸ ਟਰੱਕ ਦੇ ਵਿੱਚ ਉਹ ਇਹਨੂੰ ਉਹਦੇ ਵਿੱਚ ਐਡ ਕਰਨਗੇ। ਸੋ ਮੇਨ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਇਹ ਸ਼ੌਂਕ ਸੀਗਾ, ਹੁਣ ਉਹ ਸ਼ੈੱਡ ਵੀ ਤੁਸੀਂ ਦੇਖ ਰਹੇ ਹੋ ਕਿ ਬਣ ਰਿਹਾ, ਉੱਥੇ ਖੜੂਗਾ। ਅਤੇ ਮੇਨਲੀ ਇਹ ਜਿਹੜੇ ਵੀ ਕਿਸੇ ਵੀ ਤਰ੍ਹਾਂ ਦੇ ਜਿਹੜੇ ਧਾਰਮਿਕ ਪ੍ਰੋਗਰਾਮ ਨੇ ਜਾਂ ਜੋ ਵੀ ਪੰਜਾਬ ਦੇ ਵਿੱਚ ਹੁੰਦੇ ਨੇ, ਜੇ ਖਾਸ ਤੌਰ ਦੇ ਉੱਤੇ ਸਾਲਾਨਾ ਸ਼ਹੀਦੀ ਜੋੜ ਮੇਲਾ, ਉੱਥੇ ਇਹ ਇਸ ਟਰੱਕ ਨੂੰ ਆਪਣੇ ਸੰਗਤਾਂ ਨੂੰ ਲਿਜਾਣ ਲਈ ਵਿਸ਼ੇਸ਼ ਤੌਰ ਦੇ ਉੱਤੇ ਉਹ ਵਰਤਣਗੇ। ਇਹ ਤੁਸੀਂ ਵੇਖ ਸਕਦੇ ਹੋ ਇਹ ਵਿਸ਼ੇਸ਼, ਤੁਸੀਂ ਇਹ ਜਿਹੜੀ ਅੱਜ ਦੀ ਰਿਪੋਰਟ ਦੇਖੀ ਹੈ ਪਿੰਡ ਜਰਗ ਤੋਂ। ਇਹ ਸ਼ੁਕਰੀਆ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ।